You're listening to CNN Toronto, Chawla News Network Toronto. ਜੁੜੀ ਦੀ ਘੜੀ ਦੇ ਮੁਤਾਬਕ ਹੋਏ ਨੇ ਅਕੀਤਾ ਸਾਹਿਬ ਸਾਡੇ ਨਾਲ ਹਾਜ਼ਰ ਨੇ ਗੱਲਬਾਤ ਲੈ ਕੇ ਗੱਲਬਾਤ ਦੇ ਵਿੱਚ ਤੁਸੀਂ ਸ਼ਾਮਿਲ ਹੋਣਾ ਚਾਹੋ ਸਵਾਲ ਕਰਨਾ ਚਾਹੋ ਤਾਂ 905-813-1320 905-813-1320 ਅਕੀਤਾ ਸਾਹਿਬ ਨਾਲ ਗੱਲਬਾਤ ਕਰਨ ਲਈ ਇਸ ਨੰਬਰ ਨੂੰ ਡਾਇਲ ਕੀਤਾ ਜਾ ਸਕਦਾ ਸਵਾਗਤ ਹੈ ਜੀ ਵੈਲਕਮ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਾਵਲਾ ਸਾਹਿਬ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਜੀ ਜਿਹੜੇ ਸਾਨੂੰ ਸੁਣਦੇ ਆ ਡੇਲੀ ਸਾਨੂੰ ਦੇਖਦੇ ਵੀ ਆ ਅਤੇ ਸਤਿ ਸ਼੍ਰੀ ਅਕਾਲ ਕਰਦੇ ਉਹਨਾਂ ਸਾਡੇ ਪਿਆਰੇ ਆਕਸੀਜਨ ਦੇਣ ਵਾਲੇ ਲੋਕਾਂ ਨੂੰ ਵੀ ਜਿਹੜੇ ਸਾਨੂੰ ਮੁਹੱਬਤ ਦਿੰਦੇ ਆ ਪਿਆਰ ਦਿੰਦੇ ਆ ਆਕਸੀਜਨ ਦੇ ਰੂਪ 'ਚ ਮਤਲਬ ਕਹਿਣ ਦਾ ਭਾਵ ਕਿ ਜਦੋਂ ਚਾਵਲਾ ਸਾਹਿਬ ਬੋਲਦੇ ਨੇ ਕਿ ਅੱਜ ਫਲਾਣੀ ਥਾਂ 'ਤੇ ਫਲਾਣੀ ਚੀਜ਼ ਜਿੰਨੀ ਸਸਤੀ ਵਿਕ ਰਹੀ ਆ ਤਾਂ ਲੋਕਾਂ ਦੇ ਮਨਾਂ ਵਿੱਚ ਭਾਵਨਾ ਜਾਂਦੀ ਆ ਵੀ ਯਾਰ ਉੱਥੇ ਲੈ ਕੇ ਆਈਏ ਆਪਾਂ ਵਧੀਆ ਗੱਲ ਆ ਚਾਵਲਾ ਸਾਹਿਬ ਬਹੁਤ ਵਧੀਆ ਸਾਰਿਆਂ ਨੂੰ ਫਰਕ ਸਿਰਫ ਇੰਨਾ ਗਾ ਕਿ ਤੁਸੀਂ ਵੀ ਤਿਆਰੀ ਕਰਦੇ ਹੋ ਤੇ ਮੈਨੂੰ ਵੀ ਨਾ ਤੁਸੀਂ ਦਿੰਦੇ ਹੋ 15-20 ਮਿੰਟ ਇਹਦੇ ਵਿੱਚ ਮੈਨੂੰ ਵੀ ਤਿਆਰੀ ਕਰਕੇ ਬੈਠਣਾ ਪੈਂਦਾ ਚਾਵਲਾ ਸਾਹਿਬ ਜੀ ਦਿਲ ਤਾਂ ਕਰਦਾ ਵੱਧ ਸਮਾਂ ਦੇਈਏ ਪਰ ਸਮੇਂ ਦੀ ਕਿੱਲਤ ਆ ਗਈ ਸਾਹੀਂ 2 ਘੰਟੇ ਘਟਾਤਾ ਇਸ ਕਰਕੇ ਸਾਨੂੰ ਸੈਗਮੈਂਟ ਨੂੰ ਜਾਰੀ ਰੱਖਣ ਵਾਸਤੇ ਸਮਾਂ ਘਟਾਉਣਾ ਪਿਆ ਬਹੁਤ ਸਾਰੇ ਵੀਰਾਂ ਦੇ ਫੋਨ ਕਾਲਸ ਆਉਂਦੇ ਨੇ 2 ਘੰਟੇ ਕਿਉਂ ਘਟਾਤੇ ਮੈਂ ਇੱਕ ਵੀਰ ਨੂੰ ਕਿਹਾ ਮੈਂ ਕਿਹਾ ਪੈਸੇ ਖਤਮ ਹੋ ਗਏ ਮੈਂ ਤਾਂ ਕਈਆਂ ਦਿਨਾਂ ਦਾ ਕਹਿੰਦਾ ਸੀਗਾ ਵੀ ਅਸੀਂ ਕੱਟ ਕਰ ਦੇਣਾ ਕੱਟ ਕਰ ਤੁਹਾਡੇ ਕੋਲ ਪੈਸੇ ਖਤਮ ਹੋ ਗਏ ਮੈਂ ਕਿਹਾ ਤੁਹਾਡੇ ਮੂੰਹ 'ਚ ਘਿਓ ਸ਼ੱਕਰ ਤੁਸੀਂ ਇੰਨਾ ਮਾਣ ਦਿੰਦੇ ਹੋ ਕਿ ਸਾਡੇ ਕੋਲ ਪੈਸੇ ਨਹੀਂ ਘੱਟ ਹੋ ਸਕਦੇ ਅਤੇ ਚਲੋ ਤੁਹਾਡਾ ਪਿਆਰ ਬਣਿਆ ਰਹੇ ਪੈਸੇ ਫਿਰ ਆ ਜਾਣਗੇ ਫਿਰ ਵਧਾ ਦਾਂਗੇ ਖਾਲੀ ਪਿਆ ਸਿਕੜਾ ਕਿਸੇ ਨੇ ਲਿਆ ਮਹਾਰਾਸ਼ਟਰ ਵਿੱਚ ਬਾਰਿਸ਼ ਦਾ ਰੈੱਡ ਅਲਰਟ ਹੈ ਬਾਰਿਸ਼ ਨੇ ਕਈਆਂ ਥਾਵਾਂ ਤੇ ਬੜੀ ਤਸੱਲੀ ਦੇ ਨਾਲ ਜਿਹੜਾ ਹੈ ਉਹ ਆਪਣਾ ਜ਼ੋਰ ਦਿੱਤਾ ਹੁਣ ਕਈਆਂ ਥਾਵਾਂ 'ਤੇ ਜਦੋਂ ਬਾਰਿਸ਼ ਪੈਂਦੀ ਹੈ ਤਾਂ ਫਿਰ ਬਹੁਤ ਤਬਾਹੀ ਵੀ ਮੱਚਦੀ ਹੈ ਹਾਂਜੀ ਇੱਧਰ ਬਿਆਸ ਜਿਹੜਾ ਸਾਡਾ ਗੋਬਿੰਦਵਾਲ ਸਾਹਿਬ ਦਾ ਏਰੀਆ ਉੱਥੇ ਵੀ ਕੁਝ ਪਿੰਡਾਂ ਦੇ ਵਿੱਚ ਕਾਫੀ ਇਹਨੇ ਕਾਫੀ ਤਸੱਲੀ ਦੇ ਨਾਲ ਜਿਹੜਾ ਆਪਣਾ ਕੰਮ ਕੀਤਾ ਕੀ ਕਹਿਣਾ ਚਾਹੋਗੇ ਹਾਂ ਚਾਵਲਾ ਸਾਹਿਬ ਕਾਫੀ ਨੁਕਸਾਨ ਹੋਇਆ ਅਸਮ ਦੇ ਵਿੱਚ ਤਾਂ 85 ਮੌਤਾਂ ਹੋ ਗਈਆਂ ਜੇ ਆਪਾਂ ਗੱਲ ਕੀਤੀ ਸੀ ਨਾ ਕਿ ਤਕਰੀਬਨ 16,65,000 ਬੰਦਾ ਉੱਥੇ ਹੜ੍ਹਾਂ ਦੀ ਮਾਰ ਦੇ ਵਿੱਚ ਹੈ ਅਸਮ ਦੇ ਵਿੱਚ ਅਤੇ ਉਹ ਇੰਨੀ ਵੱਡੀ ਗਿਣਤੀ ਜਦੋਂ ਹੜ੍ਹਾਂ ਦੀ ਮਾਰ ਕਿਉਂਕਿ ਉੱਥੇ ਪਹਾੜੀ ਇਲਾਕਾ ਜੀ ਪਹਾੜੀ ਇਲਾਕੇ ਦੇ ਵਿੱਚ ਨਾ ਜੀ ਆਪਾਂ ਨੂੰ ਪਤਾ ਕਿ ਅਸਮ ਦੇ ਵਿੱਚ ਹੀ ਹੈ ਕਿ ਚਿਰਾਪੂੰਜੀ ਦਾ ਇਲਾਕਾ ਉੱਥੇ ਜਿੱਥੇ ਬਹੁਤ ਸਾਰੀ ਵਰਖਾ ਵਰਖਾ ਹੁੰਦੀ ਅਤੇ ਉੱਥੇ ਅਸਲ 'ਚ ਕੀ ਹੈ ਵੀ ਆਪਾਂ ਕਹਿੰਦੇ ਦੁਨੀਆਂ ਦੀ ਸਭ ਤੋਂ ਵੱਧ ਵਰਖਾ ਕਿੱਥੇ ਆਪਾਂ ਸਵਾਲ ਵੀ ਕੱਢਿਆ ਕਰਦੇ ਸੀਗੇ ਮੈਂ ਕਿਹਾ 5ਵੀਂ 'ਚ ਹੁੰਦਾ ਸਵਾਲ ਇਹ ਵੀ ਸਭ ਤੋਂ ਵੱਧ ਬਾਰਿਸ਼ ਕਿੱਥੇ ਹੁੰਦੀ ਹੈ ਚਿਰਾਪੂੰਜੀ ਅਤੇ ਉਹ ਅਸਮ ਦੇ ਵਿੱਚ ਨਾ ਜੀ ਜਿਹੜਾ ਹੈਗਾ 85 ਮੌਤਾਂ ਹੋ ਚੁੱਕੀਆਂ ਨੇ ਉੱਥੇ ਮਹਾਰਾਸ਼ਟਰ ਦੇ ਵਿੱਚ ਮੁੰਬਈ ਯੂਨੀਵਰਸਿਟੀ ਦੀਆਂ ਕਲਾਸਾਂ ਪੇਪਰ ਸੀ ਹੁਣੇ ਪੇਪਰ ਰੱਦ ਕਰਤੇ ਆ ਕਾਫੀ ਬਾਰਿਸ਼ ਹੋਣ ਦੀ ਹੋਰ ਵੀ ਰੈੱਡ ਅਲਰਟ ਹੈਗਾ ਅਤੇ ਪੰਜਾਬ ਦੇ ਵਿੱਚ ਹੁੰਮਸ ਭਰੀ ਗਰਮੀ ਪੈ ਰਹੀ ਹੈ ਹੁੰਮਸ ਚਿਪ ਚਪਾਹਟ ਭਰੀ ਗਰਮੀ ਅਤੇ ਬੜੀ ਬੜੀ ਭੈੜੀ ਗਰਮੀ ਹੈ ਜਿਹੜੀ ਇਹਨਾਂ ਮਤਲਬ ਕਿ ਆਮ ਲੋਕਾਂ ਨੂੰ ਇਹ ਆਮ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਤੰਗ ਕਰਦੇ ਚਾਵਲਾ ਸਾਹਿਬ ਜਿਹੜੇ ਗੱਡੀਆਂ 'ਚ ਕੰਪਿਊਟਰਾਂ 'ਤੇ ਬਹਿੰਦੇ ਆ ਅਤੇ ਗੱਡੀਆਂ ਵਿੱਚ ਘੁੰਮਦੇ ਆ ਅਤੇ ਜਿਹੜੇ ਵਿਚਾਰੇ ਕੰਮ ਕਰਦੇ ਆ ਅੱਜ ਵੀ ਉਹਨਾਂ ਲੋਕਾਂ ਨੂੰ ਕੋਈ ਪਰੇਸ਼ਾਨ ਨਹੀਂ ਕਰਦੀ ਗਰਮੀ ਇਹ ਅਤੇ ਵੈਸੇ ਆਮ ਲੋਕਾਂ ਵਾ ਜਿਹੜੇ ਉਹ ਹੁੰਮਸ ਭਰੀ ਗਰਮੀ ਵਿੱਚ ਪਰੇਸ਼ਾਨ ਕਾਫੀ ਲੋਕ ਹੈਗੇ ਆ ਚਾਵਲਾ ਸਾਹਿਬ ਇਸੇ ਤਰ੍ਹਾਂ ਹੀ ਜੀ ਆਪਾਂ
ਇੱਕ ਮੈਂ ਹੋਰ ਹੀ ਪੜ੍ਹ ਰਿਹਾ ਸੀ, ਬਦਰੀਨਾਥ ਵਿੱਚ ਪਹਾੜ ਦਾ ਇੱਕ ਟੁਕੜਾ ਟੁੱਟ ਕੇ ਗਿਰ ਗਿਆ, ਸੜਕ ਦੇ ਉੱਪਰ ਸੜਕ ਬੰਦ ਹੋ ਗਈ ਆ। ਆਪਾਂ ਜਾਈਏ ਮਨਾਲੀ ਵੱਲ ਨੂੰ, ਹਿਮਾਚਲ ਪ੍ਰਦੇਸ਼ ਵੱਲ ਨੂੰ, ਤਾਂ ਉਹਦੇ ਤਕਰੀਬਨ 150 ਥਾਵਾਂ 'ਤੇ ਲੈਂਡਸਲਾਈਡ ਹੋਈ ਹੈ। ਉਹਦਾ ਮਲਬਾ ਚੱਕਿਆ ਜਾ ਰਿਹਾ, ਕਾਫੀ ਲੋਕਾਂ ਨੂੰ ਇਹ ਬੇਨਤੀ ਆ ਕਿ ਉਹ ਇਹਨਾਂ ਸਮਿਆਂ ਦੇ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਨਾ ਜਾਣ, ਅਤੇ ਕੋਈ ਸੈਲਫੀ ਸੁਲਫੀ ਖਿੱਚਣ ਵਾਲਾ ਪ੍ਰੋਗਰਾਮ ਨਾ ਬਣਾਉਣ। ਉਹ ਕਿਤੇ ਨਹਿਰ ਦੇ ਵਿੱਚ ਘੱਟ ਪਾਣੀ ਸੀਗਾ, ਉਹ ਸੈਲਫੀ ਖਿੱਚਣ ਲੱਗ ਪਏ ਅਤੇ ਘੱਟ ਪਾਣੀ ਉੱਪਰੋਂ ਜ਼ਿਆਦਾ ਪਾਣੀ ਆ ਗਿਆ ਅਤੇ ਉਹ ਸਾਰੇ ਰੁੜ ਗਏ ਸੀਗੇ ਉਹਦੇ ਵਿੱਚ। ਅਤੇ ਇੱਦਾਂ ਦੀ ਗਲਤੀ ਵੀ ਆਪਾਂ ਨਾ ਕਰੀਏ। ਵੈਸੇ ਇਹ ਕਹਿੰਦੇ ਆ ਵੀ ਆਪਾਂ ਪੱਤਾ ਗੋਭੀ ਇਹ ਪੰਜਾਬ ਦੀ ਜਿੱਥੇ ਬਾਰਿਸ਼ ਪੈਂਦੀ ਉੱਥੇ ਗੱਲ ਕਰਦੇ ਹਾਂ, ਤੁਹਾਡੇ ਤਾਂ ਬਹੁਤ ਖੂਬਸੂਰਤ ਸ਼ਹਿਰ ਆ ਜੀ ਤੁਹਾਡਾ ਤਾਂ ਕੈਨੇਡਾ ਵਿੱਚ, ਇਹਦਾ ਜਿਹੜੇ ਪੰਜਾਬ ਦੇ ਲੋਕ ਸੁਣਦੇ ਆਪਾਂ ਨੂੰ ਉਹਨਾਂ ਵਾਸਤੇ ਗੱਲ ਕਰਦੇ ਹਾਂ। ਪੱਤਾ ਗੋਭੀ ਜਿਹੜੀ ਹੁੰਦੀ ਆ ਜੀ, ਜਿਵੇਂ ਕਿ ਫੁੱਲ ਗੋਭੀ ਹੁੰਦੀ ਆ, ਜਿਵੇਂ ਕਿ ਗਾਜਰ ਹੁੰਦੀ ਆ, ਜਿਵੇਂ ਕਿ ਚਿਕੰਦਰ ਹੁੰਦਾ, ਅੱਜ ਕੱਲ੍ਹ ਨਹੀਂ ਖਾਣਾ ਚਾਹੀਦਾ ਆਪਾਂ ਨੂੰ। ਅੱਜ ਕੱਲ੍ਹ ਆਪਾਂ ਨੂੰ ਕਰੇਲਾ, ਘੀਆ, ਕਰੇਲਾ, ਜਿੱਥੇ ਬਾਰਿਸ਼ ਜ਼ਿਆਦਾ ਪੈਂਦੀ ਆ ਉਹਦੀ ਗੱਲ ਆ। ਸਾਡੇ ਇੱਥੇ ਖੇਤਾਂ ਦੇ ਵਿੱਚ ਜਿਹੜੀ ਆ ਪੈਸਟੀਸਾਈਡ ਜਿਹੜੀ ਆ ਨਾ ਜੀ, ਉਹ ਇੰਨੀ ਤੁਸੀਂ ਪਾ ਨਹੀਂ ਸਕਦੇ। ਅਗਲਿਆਂ ਨੇ ਕੋਹੇ ਕਿਸੇ ਮਹੱਲੇ ਦੇ ਪ੍ਰਧਾਨ ਦੀ ਗੱਲ ਨਹੀਂ ਸੁਣਨੀ, ਮੈਂਬਰ ਪਾਰਲੀਮੈਂਟ ਜਾਂ MPP ਦੇ ਭੁੱਲ ਹੀ ਜਾਓ ਨਾ ਵੀ ਤੁਸੀਂ ਫੋਨ ਕਰ ਦੂਗਾ। ਅਗਲਿਆਂ ਨੇ ਆਪਣੀ ਮਨ ਮਰਜ਼ੀ ਕਰਨੀ ਹੈ। ਮੇਅਰ ਵੀ ਜਿਹੜਾ ਬਣਾ ਉਹ ਵੀ ਨਹੀਂ ਫੋਨ ਕਰਕੇ ਕਹਿ ਸਕਦਾ ਵੀ ਇਹਦਾ ਖਿਆਲ ਰੱਖੀ। ਮੀਡੀਆ ਚੰਮ ਦੇ ਦਿੰਦਾ ਚੰਮ, ਇੱਕ ਵਾਰੀ ਲਾਇਸੈਂਸ ਕੈਂਸਲ ਹੋ ਗਿਆ ਮੁੜ ਕੇ ਮਿਲਣਾ ਨਹੀਂ। ਸੋ ਇਸ ਕਰਕੇ ਜਿਹੜੀਆਂ ਇੱਥੋਂ ਦੀਆਂ ਤੁਸੀਂ ਦੇਖੋ ਕਿ ਖੁਰਾਕਾਂ ਜਿਹੜੀਆਂ ਨੇ, ਜਿਹੜੀ ਇੱਥੋਂ ਦੇ ਖੇਤਾਂ ਦੇ ਵਿੱਚ ਤਿਆਰ ਕੀਤੀ ਜਾਂਦੀਆਂ ਚੀਜ਼ਾਂ ਨੇ, ਬਹੁਤ ਕਿਸੇ ਹੱਦ ਤੱਕ ਕਹਿ ਲਓ ਕਿ ਉਹਨਾਂ ਦੇ ਵਿੱਚ ਕੋਈ ਪਾਉਂਦਾ ਹੋਵੇ ਤਾਂ ਚੋਰੀ ਛੱਪੇ ਤਾਂ ਮੈਂ ਕਹਿ ਨਹੀਂ ਸਕਦਾ, ਕਿਉਂਕਿ ਨਹੀਂ ਤਾਂ ਅਦਰਵਾਈਜ਼ ਖੇਤਾਂ ਦੇ ਵਿੱਚ ਜਦੋਂ ਇੰਸਪੈਕਟਰ ਕਿਤੇ ਗੇੜਾ ਮਾਰ ਕੇ ਆਉਂਦਾ। ਮੈਂ ਇੱਕ ਵਾਰੀ ਗੱਲ ਕੀਤੀ ਸੀ ਸਰਦਾਰ ਗੁਰਦਿਆਲ ਸਿੰਘ ਹੁਣਾਂ ਨਾਲ, ਜੋ ਖੇਤਾਂ ਦੇ ਵਿੱਚ ਸਬਜ਼ੀਆਂ ਉਗਾਉਂਦੇ ਨੇ, ਕਿ ਜਦੋਂ ਉਹਨਾਂ ਨੇ ਮਿੱਟੀ ਚੈੱਕ ਕਰ ਲਈ ਨਾ ਇੱਕ ਵਾਰੀ, ਵੀ ਫਿਰ ਸਾਨੂੰ ਆਗਿਆ ਮਿਲਦੀ ਵੀ ਹੁਣ ਤੁਸੀਂ ਸਬਜ਼ੀ ਬੀਜ ਸਕਦੇ ਹੋ, ਤੁਸੀਂ ਖੇਤੀ ਕਰ ਸਕਦੇ ਹੋ। ਇੱਥੇ ਇੰਨਾ ਸਾਡੇ ਪੰਜਾਬ ਤਾਂ ਚੱਲ, ਪੰਜਾਬ ਦਾ ਹਾਲ ਤਾਂ ਚੱਲਦਾ ਸਾਹਿਬ ਇਹ ਹੋ ਗਿਆ। ਤੁਸੀਂ ਇੱਕ ਬੜੀ ਹੈਰਾਨੀ ਜਿਹੜੀ ਗੱਲ ਸੁਣੋਗੇ, ਸਾਡੇ ਪੰਜਾਬ ਦੇ ਕਿਸਾਨ ਸਾਨੂੰ ਸੁਣਦੇ ਆ ਕੈਨੇਡਾ ਵਿੱਚ ਵੀ, ਅਤੇ ਜਿਹੜੀ ਜ਼ਮੀਨ ਦਾ ਮਿੱਟੀ ਆ ਨਾ ਜੀ, ਮਿੱਟੀ ਸਾਡੀ ਬਹੁਤ ਗੰਦੀ ਹੋ ਚੁੱਕੀ ਹੈ। ਅਤੇ ਆਪਾਂ ਕਹਿੰਦੇ ਹਾਂ ਵੀ ਮਿੱਟੀ ਗੰਦੀ ਕਿਵੇਂ, ਮਿੱਟੀ ਤਾਂ ਗੰਦੀ ਹੋ ਹੀ ਨਹੀਂ ਸਕਦੀ, ਮਿੱਟੀ ਇੱਦਾਂ ਗੰਦੀ ਹੋ ਗਈ ਹੈ ਵੀ ਉੱਥੇ ਕੀੜੇ ਪੈਦਾ, ਮਿੱਟੀ 'ਚ ਕੀੜੇ ਪੈਦਾ ਹੋਣ ਲੱਗ ਪਏ। ਤੁਹਾਨੂੰ ਆਮ ਤੌਰ 'ਤੇ ਜਿਹੜੇ ਕਿਸਾਨ ਭਰਾ ਜਾਣਦੇ ਇਸ ਗੱਲ ਨੂੰ, ਅਤੇ ਆਪਾਂ ਰਾਤ ਨੂੰ ਬੜੇ ਵਧੀਆ ਤਰੀਕੇ ਨਾਲ ਫਸਲ ਆਪਣੀ ਜਾਂ ਘੀਆ ਕੱਦੂ ਦੀਆਂ ਬੇਲਾਂ ਜਾਂ ਕੋਈ ਬੇਲਾਂ ਆਪਾਂ ਲਾ ਕੇ ਬੜਾ ਵਧੀਆ ਦੇਖਦੇ ਹਾਂ ਕਿ ਲਹਿਲਹਾ ਰਹੀਆਂ ਨੇ ਬੇਲਾਂ, ਲੰਮੀਆਂ ਲੰਮੀਆਂ ਬੇਲਾਂ ਹੋ ਗਈਆਂ ਅਤੇ ਫੁੱਲ ਵੀ ਆਉਣ ਲੱਗ ਪਏ ਆ। ਆਪਾਂ ਸਵੇਰੇ ਜਾਂਦੇ ਹਾਂ ਖੇਤ ਦੇ ਵਿੱਚ ਅਤੇ ਉਹ ਸੁੱਕੀਆਂ ਹੁੰਦੀਆਂ ਨੇ ਬੇਲਾਂ, ਉਹਦਾ ਕਾਰਨ ਜ਼ਮੀਨ ਦੇ ਵਿੱਚ ਕੀੜਾ ਪੈਦਾ ਹੁੰਦਾ ਜਿਹਦਾ ਕਿ ਉਹਨਾਂ ਬੇਲਾਂ ਦੀ ਜੜ੍ਹਾਂ ਨੂੰ ਵੜ ਜਾਂਦਾ, ਖਾ ਜਾਂਦਾ, ਅਤੇ ਉਹ ਵੀ ਉਹ ਤਣੇ ਨੂੰ ਆ ਜਿਹੜਾ ਕਿ ਬੇਲ ਨੂੰ ਸੁਕਾਉਂਦਾ ਹੈਗਾ। ਸਰ ਅਸੀਂ ਜ਼ਹਿਰਾਂ ਪਾ ਪਾ ਕੇ, ਧਰਤੀ ਵੀ ਜ਼ਹਿਰਾਂ ਪਾ ਪਾ ਕੇ, ਅਸੀਂ ਤਾਂ ਆਪਣੀ ਜ਼ਮੀਨ ਹੀ ਗੰਦੀ ਕਰ ਲਈ ਹੈ ਚਾਵਲਾ ਸਾਹਿਬ, ਸਾਡੇ ਪਾਣੀ ਗੰਦਾ ਹੋ ਗਿਆ, ਜ਼ਮੀਨ ਗੰਦੀ ਜੀ। 9058131320 ਅਗਰ ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਕਾਲ ਕਰ ਸਕਦੇ ਹੋ। ਅਕੀ ਜੀ, ਹਾਥਰਸ ਦਾ ਹਾਦਸਾ, ਉਸ ਮਾਮਲੇ ਦੇ ਸਿੱਟ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ, ਕੀ ਕਹਿਣਾ ਚਾਹੋਗੇ ਤੁਸੀਂ? ਹਾਂ ਜੀ, ਤਕਰੀਬਨ 190 ਪੇਜ ਦੀ ਰਿਪੋਰਟ ਪੇਸ਼ ਕੀਤੀ ਹੈ ਉਹਨਾਂ ਨੇ ਜੀ, ਅਤੇ ਜਿਸ ਕਰਕੇ ਦੋਸ਼ੀ ਠਹਿਰਾਏ ਗਏ ਨੇ ਉੱਥੇ ਦੇ ਇੱਕ ਤਹਿਸੀਲਦਾਰ ਆ ਜੀ, ਨਾਲ ਇੱਕ SDM ਆ ਜੀ, ਇੱਕ SDM ਤਾਂ ਸਿਕੰਦਰ ਕੁਮਾਰ ਆ ਜੀ, CO ਆ ਇੱਕ ਜੀ ਅਨੰਤ ਕੁਮਾਰ, ਅਤੇ ਪੁਲਿਸ ਇੰਸਪੈਕਟਰ, ਤਹਿਸੀਲਦਾਰ, ਚੌਂਕੀ ਇੰਚਾਰਜ ਸਮੇਤ 7 ਲੋਕਾਂ ਨੂੰ ਕੱਲ੍ਹ ਯੋਗੀ ਨੇ ਸਸਪੈਂਡ ਕਰਤਾ ਜੀ। ਵੀ ਤੁਸੀਂ ਪਹਿਲੀ ਗੱਲ ਤਾਂ ਜਿਹੜੇ ਕਿ ਆਯੋਜਕ ਸੀਗੇ, ਪ੍ਰਬੰਧਕ ਸੀਗੇ, ਉਹਨਾਂ ਨੇ ਝੂਠ ਬੋਲ ਕੇ ਆਗਿਆ ਲਈ, ਕਹਿੰਦੇ ਵੀ 50 ਤੋਂ ਲੈ ਕੇ 80,000 ਬੰਦਾ ਸਾਡਾ ਇੱਥੇ ਆਊਗਾ। 80,000 ਲਾਸਟ ਟਾਈਮ ਕਿਹਾ ਅਤੇ ਪਹੁੰਚ ਗਿਆ ਉੱਥੇ 2.5 ਲੱਖ ਬੰਦਾ। ਅਤੇ ਪਹਿਲੀ ਗੱਲ ਤਾਂ ਇਹ ਕਿ
ਉਹਨਾਂ ਨੇ ਗਲਤ ਬੋਲ ਕੇ ਲਈ, ਉਹਨਾਂ ਦੇ ਖਿਲਾਫ਼ ਤਾਂ ਕੇਸ ਦਰਜ ਖੈਰ ਹੋ ਗਿਆ ਅਤੇ ਇਹ ਇਹਨਾਂ ਦੇ ਨੂੰ ਸਸਪੈਂਡ ਕਰਤਾ ਉਹਨਾਂ ਨੇ ਕੱਲ੍ਹ, ਅਤੇ ਅੱਗੇ ਇਹ ਮਾਮਲਾ ਸੁਪਰੀਮ ਕੋਰਟ ਵੀ ਪਹੁੰਚ ਗਿਆ ਹਾਥਰਸ ਵਾਲਾ। ਹੁਣ ਇਸ ਮਾਮਲੇ ਦੇ ਸੁਪਰੀਮ ਕੋਰਟ ਵੀ ਸੁਣਵਾਈ ਚਾਵਲਾ ਸਾਹਿਬ ਕਰੇਗੀ। ਕਿੰਨੀ ਵਿਹਲੀ ਹੈ ਦੁਨੀਆ ਦੇਖੋ ਉੱਥੇ। 9058131320 ਜਲੰਧਰ ਦੇ ਵਿੱਚ ਜੋ ਅੱਜ ਮੁੱਛ ਦਾ ਸਵਾਲ ਬਣਿਆ, ਵੈਸੇ ਤਾਂ ਕਹਿੰਦੇ ਹੁੰਦੇ ਨੇ ਕਿ ਰਾਜਕਰਤਾ ਜਿਹੜੀ ਪਾਰਟੀ ਹੁੰਦੀ ਹੈ ਰੂਲਿੰਗ ਪਾਰਟੀ, ਉਹ ਲਈ ਜਿਮਨੀ ਚੋਂ ਛਿੱਤਰ ਨਾਲ ਸਿਆਹ ਮਾਰਨ ਵਾਲੀ ਗੱਲ ਹੁੰਦੀ ਹੈ, ਬੜੀ ਵੱਡੀ ਕਹਾਵਤ ਬਣਾਈ ਸਾਡਿਆਂ ਨੇ। ਜਲੰਧਰ ਜਿਮਨੀ ਚੋਂ ਦੀ ਅੱਜ ਵੋਟਿੰਗ ਹੈ, ਕਿਵੇਂ ਲੈ ਰਹੇ ਹੋ, ਕੀ ਕਹਿਣਾ ਚਾਹੋਗੇ? ਔਰ ਪਤਾ ਲੱਗਾ ਕਿ ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹਨਾਂ ਚੀਜ਼ਾਂ ਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਸੀਗਾ ਕਿ ਇਹ ਜੀ ਲਾਲਚ ਦਿੰਦੇ ਆ, ਸ਼ਰਾਬਾਂ ਵੰਡੀਆਂ ਜਾਂਦੀਆਂ ਨੇ, ਸੂਟ ਵੰਡੇ ਜਾਂਦੇ ਨੇ, ਟੀ ਵੀ ਵੰਡੇ ਜਾਂਦੇ ਨੇ, ਧਨ ਦੌਲਤ ਵੰਡੀ ਜਾਂਦੀ ਹੈ। ਅਸੀਂ ਨਹੀਂ ਕਹਿ ਰਹੇ, ਜਦੋਂ ਇਹ ਪਾਰਟੀ ਜਿਹੜੀ ਹੋਂਦ ਵਿੱਚ ਆਈ ਸੀ, ਇਹ ਐਲੀਗੇਸ਼ਨ ਦੂਜਿਆਂ 'ਤੇ ਲਾਉਂਦੀ ਸੀ, ਹੁਣ ਚੰਨੀ ਸਾਹਿਬ ਨੇ ਇਹਨਾਂ 'ਤੇ ਐਲੀਗੇਸ਼ਨ ਲਗਾ ਦਿੱਤੇ ਨੇ। ਹਾਂ, ਸੂਟ ਚੰਨੀ ਸਾਹਿਬ ਸੂਟ ਲੈ ਕੇ ਆਏ ਨੇ ਉੱਥੇ, ਸੂਟ ਲੈ ਕੇ ਆਏ ਨੇ ਜਾਂ ਉਹ ਕਹਿੰਦੇ ਜੀ ਇੱਕ ਬੰਦਾ ਖੜਾ ਸੀ ਮੇਰੇ ਕੋਲ, ਉਹ ਥੱਬਾ ਸੂਟ ਲਈ ਖੜਾ ਸੀ, ਥੱਬਾ ਮਤਲਬ ਕਾਫੀ ਕਾਫੀ ਗਿਣਤੀ ਵੀ ਸੂਟ ਸੀਗੇ, ਕੁਝ ਰਾਸ਼ਨ ਸੀਗਾ ਨਾਲ ਉਹ ਲਿਫਾਫਿਆਂ ਦੇ ਵਿੱਚ, ਉਹ ਰਾਸ਼ਨ ਅਤੇ ਸੂਟ ਦਿਖਾਏ ਨੇ ਚੰਨੀ ਜੀ ਨੇ, ਤੇ ਵੀ ਆਹ ਸੂਟ ਜਿਹੜੇ ਹੈਗੇ ਆ ਵੰਡ ਰਹੇ ਨੇ ਜੀ ਆਮ ਆਦਮੀ ਪਾਰਟੀ ਵਾਲੇ ਇੱਥੇ ਮਹਿਲਾਵਾਂ ਨੂੰ ਸੂਟ, ਤੇ ਮਹਿਲਾਵਾਂ ਨੂੰ ਸੂਟ ਦਿੱਤੇ ਕਿਉਂ ਜਾ ਰਹੇ ਨੇ, ਕਿਤੇ ਵੋਟਾਂ ਲੈਣ ਵਾਸਤੇ ਜੀ? ਤੇ ਉਹਨਾਂ ਨੇ ਇਹ ਵੀ ਗੱਲ ਕਹਿਤੀ, ਸੂਟ ਕੋਈ ਦਿੱਤੇ ਨੀ ਉਹਨਾਂ ਇਲੈਕਸ਼ਨ ਕਮਿਸ਼ਨ ਨੂੰ, ਦੇਣੇ ਬਣਦੇ ਸੀਗੇ ਚੰਨੀ ਸਾਹਿਬ ਨੂੰ ਸੂਟ ਇਕੱਠੇ ਕਰਕੇ। ਚੰਨੀ ਸਾਹਿਬ ਇੱਕ ਅਰਜ਼ੀ ਬਣਾਉਂਦੇ, ਅਰਜ਼ੀ ਬਣਾ ਕੇ ਉਹ ਡੀ ਸੀ ਸਾਹਿਬ ਕੋਲੇ ਪੇਸ਼ ਕਰਦੇ ਤਾਂ ਆਮ ਲੋਕ ਕਹਿੰਦੇ ਵੀ ਠੀਕ ਆ ਜੀ, ਚੰਨੀ ਸਾਹਿਬ ਨੇ ਸ਼ਿਕਾਇਤ ਕੀਤੀ ਆ। ਸ਼ਿਕਾਇਤ ਨਹੀਂ ਕੀਤੀ ਚੰਨੀ ਸਾਹਿਬ ਨੇ, ਉਹ ਸੂਟ ਸਗੋਂ ਉੱਥੇ ਲੋਕਾਂ ਨੂੰ ਵੰਡਦੇ, ਕਹਿੰਦਾ ਲੈ ਜਾਓ ਯਾਰ ਤੁਸੀਂ ਆਹ ਰਾਸ਼ਨ ਵੀ ਲੈ ਜਾਓ। ਜਿੱਥੋਂ ਇਹ ਸ਼ੱਕ ਜ਼ਾਹਰ ਹੁੰਦਾ ਕਿ ਚੰਨੀ ਸਾਹਿਬ ਜਿਵੇਂ ਕਿ ਜਗਤਾਰ ਸਿੰਘ ਸੰਘੇੜਾ ਕਹਿੰਦੇ ਆ ਕਿ ਆਪੇ ਹੀ ਸੂਟਾਂ ਦੇ ਲਿਆਂਦਾ, ਆਪ ਹੀ ਸੂਟ ਉਹਨਾਂ ਨੇ ਵੰਡਦੇ ਉੱਥੇ, ਲੀਲਾ ਲੈ ਜਾਓ ਭਾਈ, ਵੀ ਇਹਦਾ ਕੀ ਅਸਰ ਪੈਂਦਾ? ਅਸੀਂ ਤਾਂ ਕਹਿੰਦਾ ਇਹੋ ਜਿਹੀ ਰਾਜਨੀਤੀ ਕਰਦੇ ਹੀ ਨੀਗੇ, ਅਸੀਂ ਤਾਂ ਕੋਈ ਸੂਟ ਵੰਡਣ ਵਾਲੀ ਰਾਜਨੀਤੀ ਕਰਦੇ ਨੀ, ਜਗਤਾਰ ਸਿੰਘੜਾ ਕਹਿੰਦਾ। ਦੂਜੀ ਗੱਲ ਚਾਵਲਾ ਸਾਹਿਬ ਇਹ ਆ ਕਿ 1,71,963 ਵੋਟਰ ਅੱਜ ਉੱਥੇ ਆਪਣੀ ਵੋਟ ਦਾ ਮਤ ਦਾ ਇਸਤੇਮਾਲ ਕਰਨਗੇ, ਅਤੇ ਕਿੰਨੀ ਵੋਟ ਪੈਂਦੀ ਆ, 70% ਪੈਂਦੀ ਆ, 50% ਪੈਂਦੀ ਆ ਵੋਟ ਉੱਥੇ, ਅਗਰ ਸ਼ਾਮ ਨੂੰ ਪਤਾ ਲੱਗੇ ਆਪਾਂ ਨੂੰ। ਅਤੇ ਤਕਰੀਬਨ 181 ਬੂਥ ਬਣਾਏ ਗਏ ਨੇ ਉੱਥੇ, 8 ਵੋਟਰ ਟਰਾਂਸਜੈਂਡਰ ਵੀ ਹੈਗੇ ਨੇ ਉੱਥੋਂ ਦੇ, ਉਹ ਵੀ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਜੀ। ਅਤੇ ਪ੍ਰਬੰਧ ਪੂਰੇ ਕੀਤੇ ਨੇ ਇਲੈਕਸ਼ਨ ਕਮਿਸ਼ਨ ਨੇ, ਕਿਉਂਕਿ ਇਹ ਪੂਰਾ ਇਲਾਕਾ ਹੀ ਸੰਵੇਦਨਸ਼ੀਲ ਐਲਾਨਿਆ ਹੋਇਆ, ਸੰਵੇਦਨਸ਼ੀਲ ਐਲਾਨਿਆ ਮਤਲਬ ਥਾਂ ਥਾਂ 'ਤੇ ਕੈਮਰੇ ਵੀ ਤੁਹਾਨੂੰ ਨਜ਼ਰ ਆਉਣਗੇ ਉੱਥੇ, ਅਤੇ ਵੱਖ ਵੱਖ ਤਰੀਕੇ ਨਾਲ ਚੋਣ ਜਿਹੜੀ ਹੈਗੀ ਆ ਉਹ ਪ੍ਰਕਿਰਿਆ ਪੂਰੀ ਹੋਏਗੀ ਜੀ। ਪੂਰੀ ਪੁਲਿਸ ਜਿਹੜੀ ਹੈਗੀ ਆ, ਫੋਰਸ ਉੱਥੇ ਪੂਰੀ ਕੰਮ ਕਰ ਰਹੀ ਆ। ਬੇਸ਼ੱਕ ਦੋਸ਼ ਲੱਗੇ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ, ਰਾਜਾ ਵੜਿੰਗ ਵੱਲੋਂ, ਆਪਾਂ ਕੱਲ੍ਹ ਵੀ ਗੱਲ ਰੱਖੀ ਸੀ ਕਿ ਇੱਥੇ ਪੁਲਿਸ ਜ਼ਬਰਦਸਤੀ ਧੱਕੇਸ਼ਾਹੀ ਕਰੇਗੀ। ਵੈਸੇ ਤਾਂ ਇੱਥੇ ਮਹਿੰਦਰ ਭਗਤ ਚੁੰਨੀ ਲਾਲ ਭਗਤ ਦਾ ਬੇਟਾ ਹੈਗਾ, ਚੁੰਨੀ ਲਾਲ ਭਗਤ ਸਾਰੀ ਉਮਰ ਬੀਜੇਪੀ ਨਾਲ ਰਿਹਾ ਅਤੇ ਮਹਿੰਦਰ ਭਗਤ ਹੁਣ ਆਮ ਆਦਮੀ ਪਾਰਟੀ 'ਚ ਆ ਗਿਆ। ਭਗਤ ਸਾਹਿਬ ਚੁੰਨੀ ਲਾਲ ਜੀ ਕਹਿੰਦੇ ਆ ਵੋਟਰਾਂ ਨੂੰ ਵੀਡੀਓ ਜਾਰੀ ਕਰਕੇ ਕਿ ਜੀ ਮੇਰਾ ਬੇਟਾ ਹੁਣ ਤੁਹਾਡੀ ਸੇਵਾ ਕਰੇਗਾ, ਮੈਂ ਤਾਂ ਕਰ ਲਈ, ਇਹਨਾਂ ਨੂੰ ਵੋਟਾਂ ਪਾ ਦਿਓ ਤੁਸੀਂ। ਇੱਦਾਂ ਦੇ ਬੜੇ ਉੱਥੇ ਚੱਲੇ ਨੇ ਕੱਲ੍ਹ ਹੀ। ਵੈਸੇ ਸ਼ੀਤਲ ਉਂਗਰਾਲ ਨੇ ਵੀ ਉੱਥੇ ਕੀਤਾ ਹੈਗਾ ਜੀ ਪ੍ਰਚਾਰ, ਗਲਤ ਮਤਲਬ ਕਿ ਜਿਹੜੇ ਵੀ ਆਮ ਆਦਮੀ ਪਾਰਟੀ ਜ਼ਬਰਦਸਤੀ ਧੱਕੇ ਕਰ ਰਹੀ ਆ, ਸ਼ੀਤਲ ਉਂਗਰਾਲ ਨੇ ਵੀ ਇਹ ਕੱਲ੍ਹ ਦੋਸ਼ ਲਾਏ ਨੇ ਚਾਵਲਾ ਸਾਹਿਬ ਜੀ। ਜੀ ਦੋਸਤੋ, ਤੁਸੀਂ ਪ੍ਰੋਗਰਾਮ ਰੰਗਲਾ ਪੰਜਾਬ ਸੁਣ ਰਹੇ ਹੋ, ਕਿਦਾ ਸਾਹਿਬ ਹਾਜ਼ਰ ਨੇ। ਅਗਰ ਤੁਹਾਡਾ ਕੋਈ ਕੁਐਸਚਨ ਹੋਵੇ ਤਾਂ 905-813-1320 'ਤੇ ਕਾਲ ਕੀਤੀ ਜਾ ਸਕਦੀ ਹੈ।
ਹਾਂ ਜੀ ਅਕੀਦਾ ਜੀ, ਮੋਦੀ ਤੇ ਪੁਤਿਨ ਦੀ ਮੁਲਾਕਾਤ ਕਾਫੀ ਸੁਰਖੀਆਂ ਦੇ ਵਿੱਚ ਹੈਗੀ, ਕਾਫੀ ਸਮਝੌਤੇ ਵੀ ਸਾਈਨ ਹੋਏ ਨੇ, ਪਰ ਉਸ ਨੂੰ ਲੈ ਕੇ ਜਿਹੜੇ ਭੜਕ ਚੁੱਕੇ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ, ਔਰ ਉਹਨਾਂ ਨੇ ਕਾਫੀ ਤਗੜਾ ਕਮੈਂਟ ਦਿੱਤਾ ਹੈ, ਤੁਸੀਂ ਕੀ ਕਹਿਣਾ ਚਾਹੋਗੇ? ਇੰਨੇ ਵੱਡੇ ਲੋਕਤੰਤਰਿਕ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜ਼ੇਲੈਂਸਕੀ ਕਹਿੰਦੇ ਆ ਜੀ, ਕਹਿੰਦਾ ਵੀ ਦੁਨੀਆਂ ਦੇ ਸਭ ਤੋਂ ਵੱਡੇ, ਦੁਨੀਆਂ ਦੇ ਇਹ ਕਮੈਂਟ ਕਰ ਰਹੇ ਨੇ, ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰਿਕ ਮੁਲਕ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਜੀ, ਸਾਨੂੰ ਉਹਨਾਂ ਨਾਲ ਬੜਾ ਮੁਹੱਬਤ, ਸਾਨੂੰ ਉਹਨਾਂ ਨਾਲ ਬੜੀ ਪਿਆਰ ਆ, ਪਰ ਉਸ ਦੁਨੀਆਂ ਦੇ ਸਭ ਤੋਂ ਖੂਨੀ ਬੰਦੇ ਦੇ ਨਾਲ ਜੱਫੀ ਪਾ ਰਹੇ, ਦੁਨੀਆਂ ਦਾ ਸਭ ਤੋਂ ਵੱਡਾ ਕਹਿੰਦਾ ਖੂਨੀ ਬੰਦਾ, ਇਹ ਜ਼ੇਲੈਂਸਕੀ ਕਹਿ ਰਹੇ ਨੇ, ਮੈਂ ਨੀ ਕਹਿ ਰਿਹਾ ਗੱਲ, ਤੇ ਉਹਨਾਂ ਨੇ ਇਹ ਵੱਡੇ ਪੱਧਰ ਤੇ ਗੱਲ ਆਖੀ ਆ, ਕਹਿੰਦੇ ਵੀ ਉਹਨਾਂ ਨੇ ਜੋ ਖੂਨ ਵਹਾਇਆ ਯੂਕਰੇਨ ਦੇ ਵਿੱਚ, ਕਹਿੰਦਾ ਇੰਨਾ ਧੱਕਾ ਕੋਈ ਵੀ ਨਹੀਂ ਕਰਦਾ ਹੁੰਦਾ, ਤੇ ਬਾਕੀ ਕੁਝ ਸਮਝੌਤੇ ਪੱਤੇ ਵੀ ਕੱਲ ਹੋਏ ਨੇ ਜੀ। ਨਰਿੰਦਰ ਮੋਦੀ ਨੇ ਕਿਹਾ ਰੂਸ ਦੇ ਨਾਲ ਸਾਡਾ ਦੁੱਖ ਤੇ ਸੁੱਖ ਦਾ ਰਿਸ਼ਤਾ ਹੈਗਾ, ਅਸੀਂ ਦੁੱਖ ਦੇ ਵਿੱਚ ਸੁੱਖ ਵਿੱਚ ਰੂਸ ਨਾਲ ਹਮੇਸ਼ਾ, ਸਾਡੇ ਨਾਲ ਖੜਿਆ ਵੀ ਆ ਉਹ, ਅਸੀਂ ਵੀ ਨਾਲ ਖੜਿਆ, ਸਾਡੇ ਨਾਲ ਹਮੇਸ਼ਾ ਖੜਦਾ ਵੀ ਰਹੇਗਾ ਅੱਗੇ ਉਹ ਜੀ। ਜੇ ਆਪਾਂ ਗੱਲ ਕਰੀਏ ਪਿਛਲੇ ਦਿਨੀ ਆਪਣਾ ਜਿਹੜਾ ਹੈ ਅਗਨੀਵੀਰ ਨੂੰ ਲੈ ਕੇ, ਭਾਵੇਂ ਰਾਜਨੀਤੀ ਦੇ ਵਿੱਚ ਵੀ ਜਿਹੜਾ ਹੈ ਕਾਫੀ, ਜਦੋਂ ਚੋਣਾਂ ਦੇ ਵੇਲੇ ਵੀ ਕਾਫੀ ਰਾਜਨੀਤੀ ਇੱਥੇ ਰੱਜ ਕੇ ਹੋਈ ਇਲੈਕਸ਼ਨ ਦੇ ਵੇਲੇ, ਹਾਂਜੀ, ਹੁਣ ਵੀ ਜਦੋਂ ਲੋਕ ਸਭਾ ਦੇ ਵਿੱਚ ਵੀ ਜਦੋਂ ਚੁਣ ਕੇ ਆਏ ਨੇ ਸਰਕਾਰ ਦੇ ਨੁਮਾਇੰਦੇ ਵੀ ਦੂਜੇ ਵੀ, ਹੁਣ ਜਦੋਂ ਸਪੀਚਿਸ ਹੋਈਆਂ ਨੇ ਉਹਦੇ ਵਿੱਚ ਜਿਹੜਾ ਹੈ ਅਗਨੀਵੀਰ ਦੀ ਇੱਕ ਵਾਰੀ ਫਿਰ ਤੋਂ ਗੱਲ ਉੱਠੀ ਸੀ ਕਿ ਉਸ ਤੋਂ ਬਾਅਦ ਜਿਵੇਂ ਹੱਲਾ ਗੁੱਲਾ ਮੱਚਿਆ ਉਹ ਆਪਾਂ ਤੁਸੀਂ ਸਾਰਿਆਂ ਨੇ ਸੁਣਿਆ ਦੇਖਿਆ ਵੀ ਹੈ। ਰਾਏਬਰੇਲੀ ਵਿੱਚ ਸਥਿਤ ਕੀਰਤੀ ਚੱਕਰ ਸਨਮਾਨਿਤ ਕੈਂਪ ਦੇ ਵਿੱਚ ਅਸ਼ੂ ਮਾਨ ਸਿੰਘ ਦੀ ਮਾਂ ਮੰਜੂ ਔਰ ਰਾਹੁਲ ਨੂੰ ਮਿਲੇ ਨੇ, ਉਹਨਾਂ ਨੇ ਕਿਹਾ ਕਿ ਅਗਨੀਵੀਰ ਬੰਦ ਹੋਣਾ ਚਾਹੀਦਾ, ਕੀ ਕਹਿਣਾ ਚਾਹੋਗੇ? ਤਿੰਨ ਦਿਨ ਪਹਿਲਾਂ ਲਿਆ ਜੀ ਉਹਨਾਂ ਨੇ ਕੀਰਤੀ ਚੱਕਰ ਰਾਸ਼ਟਰਪਤੀ ਤੋਂ, ਜਿਹੜਾ ਇਹ ਕੈਪਟਨ ਅੰਸ਼ੂਮਨ ਦੀ ਮਾਂ ਮੰਜੂ ਨੇ ਜੀ, ਤਿੰਨ ਦਿਨ ਪਹਿਲਾਂ ਲਿਆ ਤੇ ਰਾਹੁਲ ਗਾਂਧੀ ਮਿਲਣ ਵਾਸਤੇ ਗਏ ਨੇ, ਕੀਰਤੀ ਚੱਕਰ ਮਿਲ ਕੇ ਉਹਨਾਂ ਨੂੰ ਕੀਰਤੀ ਚੱਕਰ ਦੇ ਨਾਲ ਉਹਨਾਂ ਨੂੰ ਖੁਸ਼ੀ ਹੁਲਾਸ ਹੋਣਾ ਚਾਹੀਦਾ, ਰਾਸ਼ਟਰਪਤੀ ਦਿੱਤਾ ਬੜੀ ਵੱਡੀ ਗੱਲ ਹੁੰਦੀ ਹੈ ਜੀ, ਪਰ ਜਦੋਂ ਰਾਹੁਲ ਗਾਂਧੀ ਗਏ ਨਾ ਜੀ ਉਹਨਾਂ ਕੋਲ, ਤਾਂ ਫਿਰ ਉਹ ਕਾਫੀ ਉਹਨਾਂ ਨਾਲ ਭਾਵੁਕ ਵੀ ਹੋਏ, ਰੋਏ ਵੀ, ਅੱਖਾਂ ਚੋਂ ਅੱਥਰੂ ਵੀ ਵਗੇ ਉਹਨਾਂ ਦੇ। ਉਹਨਾਂ ਨੇ ਕਿਹਾ ਕਹਿੰਦੀ ਅਗਨੀਵੀਰ ਵਰਗੀ ਜਿਹੜੀ ਇਹ ਚੱਲ ਰਹੀ ਹੈ ਨਾ ਜੀ ਯੋਜਨਾ ਚੱਲ ਰਹੀ ਹੈ, ਇਹ ਸਨਮਾਨ ਨਹੀਂ ਹੈਗਾ, ਅਪਮਾਨ ਹੈ ਸਾਡੇ ਜਵਾਨਾਂ ਦਾ, ਇਹ ਤੁਰੰਤ ਬੰਦ ਹੋਣੀ ਚਾਹੀਦੀ ਆ। ਅਗਨੀਵੀਰ ਬਾਰੇ ਸਾਰੇ ਹੀ, ਅਗਨੀਵੀਰ ਵੀ ਹੁਣ ਸੈਨਾ ਦੇ ਵਿੱਚ ਕੰਮ ਕਰਨ ਵਾਲੇ ਜਵਾਨ ਵੀ ਇਹ ਗੱਲ ਆਮ ਤੌਰ 'ਤੇ ਉਠਾ ਰਹੇ ਨੇ ਕਿ ਅਗਨੀਵੀਰ ਵਰਗੀ ਜਿਹੜੀ ਇਹ ਸਾਡੀ ਰਵਾਇਤ ਚੱਲ ਰਹੀ ਹੈ ਇਹ ਬੰਦ ਹੋਣੀ ਚਾਹੀਦੀ ਹੈ, ਕਿਉਂਕਿ ਇਹ ਸੈਨਾ ਦਾ ਅਪਮਾਨ ਹੈ। ਚਾਵਲਾ ਸਰ, ਸੈਨਾ ਦੇ ਜੇਕਰ ਫੌਜ ਦੇ ਨੌਜਵਾਨ ਇਹ ਮੁੱਦਾ ਚੁੱਕ ਰਹੇ ਨੇ ਤਾਂ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਹੁਣ ਥੋੜ੍ਹੀ ਬਹੁਤੀ ਰਾਹਤ ਦੀ ਕਿਰਨ ਸ਼ਾਇਦ ਇਸ ਵੇਲੇ ਇਸ ਤਰ੍ਹਾਂ ਨਜ਼ਰ ਆ ਰਹੀ ਹੈ ਕਿ ਜਿਹੜੀ ਪਹਿਲਾਂ ਸਟਰੋਂਗ ਸਰਕਾਰ ਸੀਗੀ, ਹਾਂਜੀ, ਉਹ ਸਰਕਾਰ ਉਨੀ ਸਟਰੋਂਗ ਨਹੀਂ ਹੈ ਕਿਉਂਕਿ ਸਹਾਰਿਆਂ ਅਤੇ ਖੂੰਡੀਆਂ 'ਤੇ ਚੱਲਦੀ ਪਈ ਸਰਕਾਰ, ਕਿ ਉਹਨਾਂ ਕੋਲ ਹੁਣ ਉਹ ਗੱਲ ਕਹਿਣ ਦਾ ਮੌਕਾ ਆ ਗਿਆ ਜਿਹੜੀ ਮਨ ਦੇ ਵਿੱਚ ਉਹਨਾਂ ਨੇ ਰੱਖੀ ਹੋਈ ਸੀ, ਇਸ ਤਰ੍ਹਾਂ ਲੱਗ ਰਿਹਾ ਕਿ ਨਹੀਂ? ਬਿਲਕੁਲ ਬਿਲਕੁਲ, ਚਲੋ ਸਾਹਿਬ, ਇਹ ਬੜੀ ਵੱਡੀ ਗੱਲ ਹੈਗੀ ਆ ਇਹ। ਅਤੇ ਅੱਛਾ, ਇਹ ਜਿਹੜੀ ਮੰਜੂ ਹੈਗੀ ਨਾ ਮਾਂ ਉਹਦੀ ਕੈਪਟਨ ਦੀ, ਉਹ ਕਹਿੰਦੀ ਹੈ ਮੈਨੂੰ ਪੂਰੀ ਆਸ ਹੈ ਕਿ ਰਾਹੁਲ ਗਾਂਧੀ ਇਸ ਮੁੱਦੇ 'ਤੇ ਆਪਣਾ ਪੂਰੇ ਦੇ ਪੂਰਾ ਦੇਸ਼ ਵਿੱਚ ਆਪਣਾ ਪੱਖ ਰੱਖੇਗਾ ਅਤੇ ਇਸ ਨੂੰ ਹਟਾਏਗਾ ਜ਼ਰੂਰ, ਇਹ ਵੀ ਗੱਲ ਉਹ ਰੱਖੀ ਨਾਲ ਆਖੀ 9581313203 ਜੀ। ਅਕੀਦਾ ਜੀ, ਕਾਰਪੋਰੇਟ ਬਾਬਾ ਦੇ ਪਿਤਾਂਜਲੀ ਦੇ 14 ਜਿਹੜੇ ਪ੍ਰੋਜੈਕਟ ਹੈਗੇ ਨੇ ਉਹਦਾ ਉਤਪਾਦਨ ਸਰਕਾਰ ਨੇ ਜਿਹੜਾ ਹੈਗਾ ਬੰਦ ਕੀਤਾ ਹੈਗਾ, ਲਾਇਸੈਂਸ ਉਹਦਾ ਰੱਦ ਕੀਤਾ ਹੈਗਾ, ਤੁਸੀਂ ਕੀ ਕਹਿਣਾ ਚਾਹੋਗੇ? 14 ਪ੍ਰੋਡਕਟ ਨੇ ਜੀ, ਉਹਦਾ ਪ੍ਰੋਡਕਟ ਹੀ ਬੜੇ ਕਮਾਲ ਦੇ ਸੀਗੇ, ਬੜੇ ਲੋਕ ਉਹਨੂੰ ਡਾਕਟਰ ਲਿਖਦੇ ਹੁੰਦੇ ਸੀਗੇ ਪ੍ਰੋਡਕਟਾਂ ਨੂੰ, ਅਤੇ ਉਹ ਮੈਂ ਨਾਂ ਦਾ ਖੈਰ ਨਾ ਲਵਾਂ ਇੱਥੇ 'ਚ, ਪਰ
ਮੈਂ ਭੇਜੀ ਸੀ ਕੱਲ ਲਿਸਟ ਚਾਵਲਾ ਸਾਹਿਬ ਨੂੰ ਤੇ ਉਹ 14 ਪ੍ਰੋਡਕਟ ਨੇ ਉਹ ਤੇ 14 ਪ੍ਰੋਡਕਟ ਬੰਦ ਕਰ ਦਿੱਤੇ ਗਏ ਆ ਜੀ, ਬੈਨ ਕਰ ਦਿੱਤੇ ਗਏ ਉੱਤਰਾਖੰਡ ਸਰਕਾਰ ਵੱਲੋਂ ਜਦੋਂ ਉਹ ਸੁਪਰੀਮ ਕੋਰਟ ਵਿੱਚ ਗਏ ਕਿ ਸੁਪਰੀਮ ਕੋਰਟ ਨੇ ਪੁੱਛਿਆ ਹਿਮਾ ਕੋਹਲੀ ਜੀ ਸਾਡੇ ਜਸਟਿਸ ਹੈਗੇ ਨੇ ਉਹਨਾਂ ਨੇ ਪੁੱਛਿਆ ਕਿ ਤੁਸੀਂ ਬੰਦ ਕਰਤੇ ਹਾਂ ਫਿਰ ਇੱਕ ਤਾਂ ਹਾਂ ਕਹਿੰਦੇ ਨਹੀਂ ਨਹੀਂ ਐਫੀਡੇਵਿਟ ਦਿਓ ਤੁਹਾਨੂੰ ਐਫੀਡੇਵਿਟ ਦਿਓ ਤਾਂ ਪਤਾ ਲੱਗਿਆ ਤੁਸੀਂ ਬੰਦ ਕੀਤੇ ਆ ਸਾਡਾ ਤੁਹਾਡੀ ਅਸੀਂ ਆਮ ਗੱਲ ਨਹੀਂ ਅਸੀਂ ਮੰਨ ਸਕਦੇ। ਅੱਛਾ ਜਿਹੜੇ ਤੁਸੀਂ ਕਹਿੰਦੇ ਉੱਥੇ ਦੇ ਰਹੇ ਹੋ ਉਹ ਐਡ ਦੇ ਰਹੇ ਹੋ ਇਸ਼ਤਿਹਾਰ ਦੇ ਰਹੇ ਹੋ ਟੀਵੀ ਚੈਨਲਾਂ ਦੇ ਵਿੱਚ ਅਖਬਾਰਾਂ ਵਿੱਚ ਇਹਨਾਂ ਦੀ ਵੀ ਨਾਲ ਦੇ ਰਹੇ ਹੋ ਅਸੀਂ ਐਡ? ਕਹਿੰਦੇ ਹਾਂਜੀ। ਕਹਿੰਦੇ ਬੰਦ ਕਿਵੇਂ ਕੀਤੇ? ਕਹਿੰਦਾ ਕਰਤੀ ਬੰਦ ਜੀ ਅਸੀਂ। ਕਹਿੰਦਾ ਨਹੀਂ ਨਹੀਂ ਸਾਨੂੰ ਉਹਦਾ ਵੀ ਰਿਕਾਰਡ ਦੇ ਲਿਆ ਕੇ ਵੀ ਕਿਵੇਂ ਬੰਦ ਕੀਤੀ ਆ। ਅਤੇ ਵੈਸੇ ਬੈਂਡ ਹੋ ਚੁੱਕੇ ਨੇ ਅਤੇ ਬੜੇ ਉਹਨਾਂ ਨੂੰ ਨਾ ਬੜੇ ਅਹਿਮ ਪ੍ਰੋਡਕਟ ਕਿਹਾ ਜਾਂਦਾ ਸੀਗਾ ਜੀ। ਚਲੋ ਮੈਂ ਨਾਂ ਵੀ ਲੈ ਦਿੰਦਾ ਅਤੇ ਇੱਕ ਨਾ ਇੱਕ ਉਹ ਹੁੰਦਾ ਮਧੂ ਨਾਸ਼ਨੀ ਬੱਟੀ ਆ ਜੀ, ਐਕਸਟਰਾ ਪਾਵਰ ਉਹਨੂੰ ਨਾਂ ਲਿਖਿਆ ਜੀ, ਐਕਸਟਰਾ ਪਾਵਰ ਮਧੂ ਨਾਸ਼ਨੀ ਬੱਟੀ ਐਕਸਟਰਾ ਪਾਵਰ, ਇਹਦੇ ਵਰਗੀਆਂ 14 ਗੋਲੀਆਂ ਨੇ, 14 ਦਵਾਈਆਂ ਨੇ ਜਿਹੜੀਆਂ ਕਿ ਬੈਨ ਹੋ ਗਈਆਂ। ਇੱਕ ਕਾਲਰ ਨੇ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਆ। ਵੈਲਕਮ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ ਜੀ, ਦੇਖੋ ਹੁਣ ਪਿਛਲੇ 2 ਹਫ਼ਤਿਆਂ 'ਚ ਕਸ਼ਮੀਰ ਦੇ ਵਿੱਚ 9 ਕਾਫ਼ੀ ਜਵਾਨ ਮਾਰੇ ਸੀਗੇ ਜੀ। ਇਹ ਜਦ ਦਾ ਮੋਦੀ ਸਾਹਿਬ ਪਹਿਲਾਂ ਸੀਗੇ, ਪਹਿਲਾਂ ਤਾਂ ਕੋਈ ਖਪਖਾਨਾ ਨਹੀਂ ਸੀ ਉੱਥੇ, ਕਿਉਂਕਿ ਉਹਨਾਂ ਨੇ ਸੂਤ ਕੇ ਰੱਖੇ ਹੋ ਸੀ ਰਾਈਟ। ਹੁਣ ਦੇਖ ਲਓ ਜਦ ਦੀ ਇਹ ਕੋਲੇਸ਼ਨ ਗੌਰਮੈਂਟ ਬਣੀ ਆ, 2 ਹਫ਼ਤੇ ਜਿਤਨਾ ਹਫ਼ਤੇ ਨੂੰ 10-12 ਬੰਦੇ ਮਾਰਤੇ। ਮੇਰਾ ਖਿਆਲ ਤਾਂ ਜੀ ਉੱਥੇ ਡੰਡੇ ਦੇ ਜ਼ੋਰ ਨਾਲ ਹੀ ਕੰਮ ਚੱਲੂਗਾ ਜੀ, ਓਨਲੀ ਮੋਦੀ ਕੈਨ ਡੂ ਇਟ। ਤੁਹਾਡੀ ਗੱਲ ਸਹੀ ਹੈ, ਪਰ ਹੁਣ ਇਹ ਤਾਂ ਹੈ ਨਹੀਂ ਕਿ ਜਿਹੜੀ ਸਰਕਾਰ ਨਾਲ ਸਰਕਾਰ ਬਣਾ ਕੇ ਬੈਠੀ ਉਹ ਚਾਹੇਗੀ ਕਿ ਉੱਥੇ ਬੰਦੇ ਮਰੇ ਜਾਂ ਬੰਦੇ ਮਾਰੇ ਜਾਣ, ਜਾਂ ਉਹਨਾਂ ਦੀ ਉਹਨਾਂ ਨੇ ਆਪਣੀ ਕੋਈ ਇਸ ਤਰ੍ਹਾਂ ਹਮਾਇਤ ਦਿੱਤੀ ਹੈ ਸਰਕਾਰ ਨੂੰ ਕਿ ਉੱਥੇ ਅੱਤਵਾਦੀਆਂ ਨੂੰ ਆਉਣ ਦਿਓ ਤਾਂ ਤੁਹਾਡਾ ਸਾਥ ਦੇਵਾਂਗੇ। ਦਿਸ ਇਜ਼ ਨਾਟ ਅ ਗੁੱਡ ਥਿੰਗਸ, ਆਈ ਡੋਂਟ ਥਿੰਕ ਸੋ। ਕਿ ਨਹੀਂ ਨਹੀਂ ਇਹ ਨਹੀਂ, ਹੁਣ ਮੋਦੀ PM ਹੀ ਆ, ਮੋਦੀ PM ਹੈ, ਗ੍ਰਹਿ ਮੰਤਰੀ ਵੀ ਉਹੀ ਹੈ, ਵਿਦੇਸ਼ ਮੰਤਰੀ ਵੀ ਉਹੀ ਹੈ, ਕੀ ਕਮੀ ਆ ਗਈ? ਨਹੀਂ 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 ਨਹੀਂ, ਇਹ ਦਿਸ ਇਜ਼ ਟੋਟਲੀ ਰੋਂਗ। ਦਿਸ ਇਜ਼ ਦਾ ਭਗਤ ਹੋਣਾ ਸਹੀ ਗੱਲ ਆ, ਪਰ ਇਸ ਤਰੀਕੇ ਦੇ ਨਾਲ ਸੋਚਣਾ ਮਾੜੀ ਗੱਲ ਹੈ। ਕਿਉਂ ਕੀ ਦੱਸਾਂ, ਅਸਲ 'ਚ ਨਾ ਜਿਹੜਾ ਇਹ ਉੱਥੇ ਜੰਮੂ ਕਸ਼ਮੀਰ ਵਿੱਚ ਇਹ ਮਤਲਬ ਕਿ ਇਹ ਹੁੰਦਾ ਆਇਆ, ਇਹ ਕਹਿੰਦੇ ਨਹੀਂ ਹੋਇਆ, ਪਹਿਲਾਂ ਵੀ ਮਰਦੇ ਰਹੇ ਨੇ, ਪਹਿਲਾਂ ਵੀ ਸੋਰੀ ਸ਼ਹੀਦ ਹੁੰਦੇ ਰਹੇ ਨੇ, ਮਰਦੇ ਰਹੇ ਨੇ ਅੱਤਵਾਦੀ, ਅਤੇ ਪਹਿਲਾਂ ਵੀ ਬੜੇ ਮੁਕਾਬਲੇ ਹੋਏ ਨੇ ਜਦੋਂ ਮੋਦੀ ਸਰਕਾਰ ਸੀਗੀ, 10 ਸਾਲਾਂ ਦੇ ਵਿੱਚ ਵੀ ਬਹੁਤ ਕੁਝ ਹੋਇਆ ਉੱਥੇ, ਆਪਾਂ ਬੋਲੇ ਹਾਂ ਇੱਥੇ ਇਸੇ ਪ੍ਰੋਗਰਾਮ 'ਚ ਬੋਲੇ ਹਾਂ। ਮੇਰੇ ਖਿਆਲ 'ਚ ਮੇਰੇ ਦੋਸਤ, ਮੇਰੇ ਕਾਬਲ ਦੋਸਤ ਜਿਹੜੇ ਕੌਂਦਰ ਆਏ ਸੀਗੇ, ਉਹ ਮੇਰੇ ਖਿਆਲ 'ਚ ਉਹ ਖਬਰਾਂ ਨਹੀਂ, ਉਹ ਖਬਰਾਂ ਪੜ੍ਹਨੀਆਂ ਭੁੱਲ ਗਏ ਜਿਹੜੀਆਂ ਪਹਿਲੀ ਰੀਸੈਂਟਲੀ। ਚਲੋ 2-3 ਅਟੈਕ ਇਕੱਠੇ ਹੋਏ ਨੇ, ਜਿਹੜੇ 5 ਜ਼ਖਮੀ ਹੋਏ ਨੇ, ਬੰਬ ਬਲਾਸਟ ਹੋਇਆ, 5 ਸ਼ਹੀਦ ਹੋਏ ਨੇ, ਜੰਗਲ ਨੂੰ ਭੱਜ ਗਏ ਅੱਤਵਾਦੀ, ਜੰਗਲ ਨੂੰ ਭੱਜ ਗਏ ਅੱਤਵਾਦੀ। ਹੁਣ ਉਹ ਜੰਗਲ ਨੂੰ ਭੱਜ ਗਏ ਅੱਤਵਾਦੀ, ਇਹ ਬਲਾਸਟ ਬਿਲਕੁਲ ਵੇਖੋ, ਜੇ ਆਪਾਂ ਇਹ ਟਵਿਸਟ ਲੈ ਲਈਏ ਫਿਰ ਇਹ ਤਾਂ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਹੋ ਸਕਦੀਆਂ ਨੇ। ਹਾਂਜੀ, ਅਸੀਂ ਕਹਿੰਦੇ ਨਹੀਂ, ਇਹ ਤਾਂ ਸਾਜ਼ਿਸ਼ਾਂ ਤਾਂ ਕਈ ਦਰਵਾਜ਼ੇ ਖੋਲਦੀਆਂ ਨੇ। 5 ਅੱਤਵਾਦੀ ਮਰੇ ਚਾਵਲਾ ਸਾਹਿਬ, ਅੱਤਵਾਦੀ ਨੂੰ ਜਵਾਨਾਂ ਨੇ ਮਾਰਿਆ ਸਾਰਿਆਂ ਨੇ, ਦੀ ਗੱਲ ਨਹੀਂ। ਚਲੋ ਕੁਝ ਭੱਜ ਗਏ ਸਾਡੇ, ਉਹ ਕੋਈ ਭੱਜ ਗਏ ਨੇ ਤੇ ਗੌਰ ਚੱਲ ਰਹੀ ਹੈ ਪੂਰੀ, ਅਸੀਂ ਆਪਣੀ ਫੌਜ ਦੇ ਉੱਪਰ ਕਮੈਂਟ ਕਰ ਰਹੇ ਹਾਂ, ਆਪਣੀ ਜਿਹੜੀ ਉੱਥੇ ਸੁਰੱਖਿਆ ਏਜੰਸੀਆਂ ਨੇ। ਇਹਦਾ ਮਤਲਬ ਇਹ ਤਾਂ ਨਹੀਂ ਕਿ ਜਿਹੜੀ ਸਰਕਾਰ ਨੂੰ ਹਮਾਇਤ ਦੇਣ ਵਾਲੀ ਦੂਜੀਆਂ ਪਾਰਟੀਆਂ ਨੇ ਉਹ ਦੇਸ਼ ਭਗਤ ਨਹੀਂ, ਪ੍ਰਧਾਨ ਮੰਤਰੀ ਤਾਂ ਨਰਿੰਦਰ ਮੋਦੀ ਜੀ ਨੇ, ਅਮਿਤ ਸ਼ਾਹ ਦੇ ਕੋਲ ਪਦ ਉਹੀ ਹੈ। ਦੇਸ਼ ਭਗਤ ਦੀ ਸੰਗਿਆ ਹੀ ਹੋਰ ਆ ਜੀ, ਦੇਸ਼ ਭਗਤ ਦੀ ਸੰਗਿਆ ਮੋਦੀ ਜੀ ਨੇ ਹੋਰ ਕਰਤੀ ਆ ਜੀ, ਉਹ ਸੰਗਿਆ ਏਦਾਂ ਨਹੀਂ, ਇਹ ਨਹੀਂ ਲੱਗਦਾ ਮੈਨੂੰ। ਉਹ ਤਾਂ ਅਚਨਚੇਤ ਉਹਨਾਂ ਨੇ ਕੰਮ ਕਰਨਾ ਹੀ ਕਰਨਾ, ਉਹਨਾਂ ਨੇ ਅੱਜ ਨਹੀਂ ਤੇ ਕੱਲ ਨਹੀਂ ਤੇ ਪਰਸੋਂ, ਉਹ ਕੋਈ ਵੀ ਸਰਕਾਰ ਆਵੇ ਉਹਨਾਂ ਨੇ, ਇਹ ਥੋੜੀ ਇੱਕ ਫੌਜ ਦੇ ਉੱਤੇ, ਫਿਰ ਜੇ ਸਰਕਾਰ ਬਦਲ ਗਈ ਤੇ ਉੱਥੇ ਜਿਹੜੇ ਬਾਰਡਰ ਦੇ ਉੱਤੇ ਜਿਹੜੇ ਫੌਜੀ ਨੇ ਉਹ ਢਿੱਲੇ ਪੈ ਗਏ ਕਿ ਸਰਕਾਰ ਬਦਲ ਗਈ ਆ ਤੇ ਆ ਜਾਓ ਅੱਤਵਾਦੀ ਇਸ ਉੱਤੇ ਆ।
ਨਹੀਂ, ਇਹ ਫੌਜ ਨੂੰ ਨਕਾਰਾ ਕਹਿਣ ਵਾਲਾ ਕਮੈਂਟ ਸੀ ਮੇਰੇ ਵੀਰ ਦਾ ਜੀ। ਫੌਜ ਸਾਡੀ ਨਕਾਰਾ ਹੁੰਦੀ, ਫੌਜ ਸਾਡੀ ਸਖ਼ਤ ਹੈ, ਸਾਡੇ ਉੱਥੇ ਸੁਰੱਖਿਆ ਏਜੰਸੀ ਸਖ਼ਤ ਹੈਗੀ ਆ। ਅਚਾਨਕ ਬੰਦਾ ਆਉਂਦਾ ਜੀ ਕੋਈ, ਹੁਣ ਉੱਥੇ ਜਿਹੜਾ ਮੌੜ ਮੰਡੀ ਦੇ ਵਿੱਚ ਕੱਲ੍ਹ ਇੱਕ ਮੁੰਡਾ ਜ਼ਮਾਨਤ 'ਤੇ ਆਇਆ ਸੀਗਾ, ਜ਼ਮਾਨਤ 'ਤੇ ਆਇਆ ਅਤੇ ਉਹ ਦੋ ਬੰਦੇ ਆਏ ਅਚਾਨਕ ਗੜਾਸੀਆਂ ਲੈ ਕੇ ਉਹਨੂੰ ਪ੍ਰਧਾਨ ਮੰਤਰੀ ਸਾਹਿਬ ਉਹੀ ਪਾਵਰਾਂ ਨੇ, ਗ੍ਰਹਿ ਮੰਤਰੀ ਸਾਹਿਬ ਉਹੀ ਨੇ, ਵਿਦੇਸ਼ ਮੰਤਰੀ ਉਹੀ ਨੇ, ਫੌਜ ਉਹੀ ਹੈ। ਕਿਹੜਾ ਫੌਜ, ਕਿਹੜਾ ਫੌਜ ਦਾ, ਕਿਹੜਾ ਫੌਜ ਦਾ ਆਫਿਸਰ ਚਾਹੂਗਾ ਕਿ ਮੇਰੇ ਜਵਾਨ ਸ਼ਹੀਦ ਹੋ ਜਾਣ ਜੀ? ਸੇਮ ਪਾਵਰਾਂ ਨੇ। ਵੈਸੇ ਅਸੀਂ ਸੋਚ ਸਕਦੇ ਹਾਂ, ਚਲੋ ਠੀਕ ਹੈ, ਆਪਣੇ ਤਰੀਕੇ ਦੇ ਨਾਲ ਪਾਰਟੀ ਦੀ ਜੇ ਸਾਨੂੰ ਹਮਦਰਦੀ ਹੈ ਤਾਂ ਸੋਚਣਾ ਹੱਕ ਵਾ, ਪਰ ਦੂਜੇ ਪਾਸੇ ਇਹ ਵੀ ਤਾਂ ਹੈਗਾ ਨਾ, ਕਿਹੜਾ ਕਿਹੜਾ ਫੌਜੀ ਚਾਹੂਗਾ ਕਿ ਮੈਂ ਗੋਲੀ ਆਪਣੇ ਛਾਤੀ 'ਚ ਖਾ ਕੇ ਅਤੇ ਆਪਣੇ ਬੱਚਿਆਂ ਨੂੰ ਲਵਾਰ ਛੱਡ ਜਾਂ? ਸਤਰਕ ਨੇ ਉਵੇਂ ਦੇ ਉਵੇਂ, ਪਰ ਇਹ ਅਚਨਚੇਤ ਘਟਨਾਵਾਂ ਦੋਨੋਂ ਪਾਕਿਸਤਾਨ ਦੇ ਵਿੱਚ ਕਿੰਨੀਆਂ ਹੋ ਰਹੀਆਂ ਨੇ ਹੁਣ। ਇਹ ਜਿਹੜਾ ਕਿ ਇੱਕ ਮੈਂ ਪੜ੍ਹ ਰਿਹਾ ਸੀਗਾ, ਕਿਹੜਾ ਪ੍ਰਤਾਪ ਰਾਓ ਯਾਦਵ ਮੋਦੀ ਸਰਕਾਰ ਦਾ ਮੰਤਰੀ ਆ, ਉਹ ਕਹਿੰਦਾ ਜੇਕਰ 400 ਸੀਟਾਂ ਸਾਡੀਆਂ, ਅੱਜ ਦੇਖੋ ਮਤਲਬ ਕਿ ਕਿਵੇਂ ਟਵਿਸਟ ਹੁੰਦਾ ਮਾਮਲਾ, ਜੇ ਸਾਡੀਆਂ 400 ਸੀਟਾਂ ਬੀਜੇਪੀ ਦੀਆਂ ਆ ਜਾਂਦੀਆਂ, ਜਿਹੜਾ ਕਿ POK ਹੈਗਾ ਪਾਕਿਸਤਾਨ ਉਹ ਪਾਈ ਕਸ਼ਮੀਰ ਹੈਗਾ, ਅਸੀਂ ਉਹਤੇ ਅਟੈਕ ਕਰਕੇ ਕਬਜ਼ਾ ਕਰ ਲੈਣਾ ਸੀਗਾ। ਭਾਵੇਂ ਕਿ ਇਹ ਗੱਲ ਕਹਿੰਦੇ ਰਹੇ ਨੇ ਸਾਡੇ ਅਮਿਤ ਸ਼ਾਹ, ਕਹਿੰਦੇ ਜੀ POK ਤਾਂ ਹੁਣ ਅਟੈਕ ਕਰਕੇ ਅਸੀਂ ਲਿਆਵਾਂਗੇ ਹੁਣ ਆਪਣੇ ਕੋਲ, ਰਾਜਨਾਥ ਸਿੰਘ ਕਹਿੰਦਾ ਜੀ, SJ ਸ਼ੰਕਰ ਵਰਗੇ ਬੰਦੇ ਇਹ ਕਹਿੰਦੇ ਨੇ POK ਤੇ ਤਾਂ ਅਸੀਂ POK ਜਿਹੜਾ ਕਿ ਪਾਕਿਸਤਾਨ ਆਕੂਪਾਈ ਕਸ਼ਮੀਰ ਆ ਉਹ ਅਸੀਂ ਲੈ ਕੇ ਆਵਾਂਗੇ। ਪਰ ਇਹ ਨਾਲ ਇਹ ਵੀ ਗੱਲ ਉੱਠ ਰਹੀ ਆ ਕਿ 400 ਆਉਂਦੀਆਂ ਤਾਂ ਲਿਆ ਸਕਦੇ ਸੀ ਅਸੀਂ, 400 ਨਾਲ ਕੀ ਸੰਬੰਧ ਆ? ਤੁਹਾਡੇ ਨਿਤੀਸ਼ ਕੁਮਾਰ ਤੁਹਾਡੇ ਆਪਣੇ ਬੈਠੇ ਨੇ ਨਾਲ, ਤੇ ਚੰਦਰ ਬਾਈਬੂ ਤੁਹਾਡੇ, ਨਾਇਡੂ ਤੁਹਾਡੇ ਨਾਲ ਬੈਠੇ ਨੇ, ਕਦੋਂ ਕਹਿੰਦੇ ਨੇ ਜਦੋਂ ਤੁਹਾਨੂੰ ਪਾਵਰ ਹੀ ਦੇ ਦਿੱਤੀ, ਪਾਵਰ ਤਾਂ ਤੁਹਾਨੂੰ ਇਸ ਕਰਕੇ ਦਿੱਤੀ ਹੈ ਕਿ ਦੇਸ਼ ਨੂੰ ਕਿਸੇ ਤਰ੍ਹਾਂ ਵੀ ਕੋਈ ਕਮੀ ਨਾ ਆਵੇ, ਦੇਸ਼ ਨੂੰ ਕੋਈ ਖਤਰਾ ਨਾ ਬਣੇ, ਦੇਸ਼ ਦੀ ਸਰਕਾਰ ਸਥਿਰ ਰਹੇ, ਅਤੇ ਦੇਸ਼ ਦੀ ਸਰਕਾਰ ਸਥਿਰ ਰਹੇ ਪਰ ਮਨ ਮਰਜ਼ੀਆਂ ਨਹੀਂ ਹੋਣੀਆਂ ਹੁਣ ਜਿਸ ਤਰ੍ਹਾਂ ਪਹਿਲਾਂ ਹੁੰਦੀਆਂ ਸੀ। ਤੁਸੀਂ ਉਹਨਾਂ ਨੂੰ ਦੱਸੋ ਕਿ ਆਹ ਸਾਡਾ ਏਜੰਡਾ ਹੈ, ਸਗੋਂ ਉਹਨਾਂ ਨੂੰ ਚੱਬ ਥੱਲੇ ਲਓ ਵੀ ਅਸੀਂ ਤਾਂ ਚਾਹੁੰਦੇ ਸੀਗੇ POK ਲੈ ਕੇ ਆਉਣਾ, ਆਹ ਜਿਹੜੇ ਨਵੇਂ ਜਿਨ੍ਹਾਂ ਨੇ ਸਹਿਯੋਗ ਨਾਲ ਸਰਕਾਰ ਬਣਾਈ ਉਹ ਸਾਨੂੰ ਨਹੀਂ ਕਰਨ ਦਿੰਦੇ ਕੰਮ, ਆਪੇ ਉਹਨਾਂ ਨੂੰ ਲੋਕ ਅਗਲੇ ਦੀ ਵੋਟਾਂ ਨਾ ਪਾਉਣਗੇ ਕਿ ਨਹੀਂ? ਬਿਲਕੁਲ, ਬਹੁਤ ਬਹੁਤ ਧੰਨਵਾਦ, ਥੈਂਕ ਯੂ, ਸਤਿ ਸ਼੍ਰੀ ਅਕਾਲ। ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ, ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟ। ਯੂ ਆਰ ਲਿਸਨਿੰਗ ਟੂ CNN ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।